आलमजीत सिंह चकोही मैं आल इंडिया नंबरदार एसोसीएशन का जनरल सकत्तर स्टेट जनरल सैकटरी हाँ नंबरदार यूनियन वालों अज इत्थे 35,000 का इकट्ठ होकर पहुंचे हाँ साढ़िया 4.5 साल तो सरकार ने कोई भी नहीं सुनी इस करके असी अज इत्थे इकट्ठ विच पहुंचे हाँ सर इदों पहला किसी तहसील पद्धर दे जां जिला पद्धर दे अफसर नूं जां किसी होर प्रशासन अधिकारी नूं मिल चुके हां हाँ जी बिल्कुल पहुंचे मिले चुके हाँ पहला तहसीलदार साहब नूं मंग पत्र दिते एसडीएम साहब नूं दिते डीसी साहब नूं दिते ते उस तों बाद दो वार माल मंत्री गुरप्रीत सिंह कांगड़ नाल मीटिंग कर चुके हाँ उन्होंने सानूं भरोसा दवाया सी कि असी नोटिफिकेशन जारी करदे हां तुहाडा माण भत्ता बच जाऊगा पर उन्हां वल्लों भी सानू लॉलीपॉप ही दिता गया जे अज भी ना होया तां साडी स्टेट की पूरी कमेटी इत्थे आ असीं मता पावांगे असीं कांग्रेस वालियां नूं पिंडां च नहीं बड़न दवांगे जो भी साडे नंबरदार साहिबान जिवें भी सानू हुक्म करनगे असीं उत्थे पहुंच मैं जनरल सिंह बाजवा जिहड़ा पंजाब दे जनरल सकत्तर जिला कपूरथला दा प्रधान हां जी नंबरदार यूनियन साडी असीं उत्थों अज 25 गड्डियां लै के तां कपूरथला तक पहुंचे हां जी भाई सर तुसीं इत्थे कैप्टन साहब दे मोती महल पहुंचे हो ਉਹਨਾਂ ਦਾ ਘਰਾਓ ਕਰਨ ਜਾ ਰਹੇ ਹੋ ਇਸ ਤੋਂ ਪਹਿਲਾਂ ਕਿਸੇ ਪ੍ਰਸ਼ਾਸਨ ਅਧਿਕਾਰੀ ਨੂੰ ਮਿਲ ਚੁੱਕੇ ਹੋ ਤੁਹਾਡੀਆਂ ਮੰਗਾਂ ਪੂਰੀਆਂ ਹੋਈਆਂ ਜਾਂ ਨਹੀਂ ਅਸੀਂ ਹੇਠੋਂ ਤੋਂ ਲੈ ਕੇ ਜੀ ਐਸਡੀਐਮ ਡੀਸੀ ਔਰ ਮਾਲ ਮੰਤਰੀ ਤੱਕ ਮੀਟਿੰਗਾਂ ਕਰ ਚੁੱਕੇ ਹਾਂ ਮੰਗ ਪੱਤਰ ਦੇ ਚੁੱਕੇ ਹਾਂ ਪਰ ਉਹਦੇ ਵਿੱਚ ਇੱਕ ਵੀ ਮੰਗ ਜਿਹੜੀ ਸਾਡੀ ਚੋਣ ਮੈਨੀਫੈਸਟੋ ਵਿੱਚ ਰੱਖੀ ਸੀ ਉਹ ਇੱਕ ਵੀ ਪੂਰੀ ਨਹੀਂ ਕੀਤੀ ਸਰ ਇਸ ਤੋਂ ਅਗਲਾ ਸੰਘਰਸ਼ ਕੀ ਹੋਊਗਾ ਜੀ ਅੱਜ ਵੀ ਗੱਲ ਨਹੀਂ ਸੁਣੀ ਜਾਂਦੀ ਇਸ ਤੋਂ ਵੱਡਾ ਸੀ ਵੱਧ ਤੋਂ ਵੱਧ ਹੋਰ ਇਕੱਠ ਕਰਕੇ ਤੇ ਆਪਣਾ ਜਿਹੜੇ ਨੰਬਰਦਾਰ ਸਾਡੇ ਜੇ ਰਹਿ ਗਏ ਆ ਉਹਨਾਂ ਨੂੰ ਬੁਲਾ ਕੇ ਤੇ ਵੱਧ ਤੋਂ ਵੱਡੇ ਵੱਡੇ ਇਕੱਠ ਕਰਕੇ ਇਹਦੇ ਇਹਨੂੰ ਸਤਾਣ ਹੀ ਦੇਵਾਂਗੇ ਲਿਆਉਣ ਵਾਲੀਆਂ ਜਿਹੜੀਆਂ ਇਲੈਕਸ਼ਨਾਂ ਉਹਦੇ ਵਿੱਚ ਅਸੀਂ ਇਹਨਾਂ ਨੂੰ ਕੋਈ ਅਲਟੀਮੇਟਮ ਦੇਵਾਂਗੇ ਨੰਬਰਦਾਰ ਏਕਤਾ ਨੰਬਰਦਾਰ ਏਕਤਾ ਜੀਵੀਐਸ ਟਾਈਮ ਤੇ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੇ ਹਾਂ ਇਸ ਵਕਤ ਅਸੀਂ ਪਟਿਆਲਾ ਦੇ ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰਾ ਦੇ ਵਿੱਚ ਖੜੇ ਹੋਏ ਹਾਂ ਔਰ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਨੰਬਰਦਾਰ ਯੂਨੀਅਨ ਵੱਲੋਂ ਜਿਹੜਾ ਮੋਤੀ ਬਾਗ ਦਾ ਜਿਹੜਾ ਘਰਾਓ ਕਰਨ ਦੇ ਲਈ ਇਕੱਠ ਕੀਤਾ ਗਿਆ ਔਰ ਨਾਲ ਦੀ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਤੁਸੀਂ ਜਿਹੜਾ ਇਕੱਠ ਆ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਵਿੱਚ ਤਾਂ ਇਸ ਵਕਤ ਸਾਡੇ ਨਾਲ ਸੂਬਾ ਜਨਰਲ ਸਕੱਤਰ ਜਗਜੀਤ ਸਖਾਈ ਜੀ ਨਾਲ ਨੇ ਸਰ ਜਿਹੜਾ ਕਾਫਲਾ ਕਿੱਧਰ ਨੂੰ ਜਾਵੇਗਾ ਇਹ ਕਾਫਲਾ ਹੁਣ ਅਸੀਂ ਜਿਹੜਾ ਹੈਗਾ ਮੋਤੀ ਮਹਿਲ ਨੂੰ ਜਿਹੜਾ ਘਰਾਓਆ ਦਾ ਉਹਦੇ ਵਾਸਤੇ ਕਾਫਲਾ ਸਾਡਾ ਨੰਬਰਦਾਰ ਐਸੋਸੀਏਸ਼ਨ ਦਾ ਸਾਡੇ ਸੂਬਾ ਪ੍ਰਧਾਨ ਪਿੱਛੇ ਨਾਲ ਸਾਡਾ ਸਾਰਾ ਕਾਫਲਾ ਜਾ ਰਿਹਾ ਇਸ ਕਾਫਲੇ ਦੇ ਵਿੱਚ ਅਸੀਂ ਅੱਗੇ ਜਾ ਕੇ ਜਿਹੜਾ ਆਪਣਾ ਉੱਥੇ ਪ੍ਰੋਟੈਸਟ ਕਰਾਂਗੇ ਉੱਥੇ ਆਪਣਾ ਜਿਹੜਾ ਮੰਗ ਹੈ ਉਹ ਮੰਗਾਂ ਇਹਨਾਂ ਦੇ ਸਰਕਾਰ ਦੇ ਧਿਆਨ ਦੇ ਵਿੱਚ ਲਿਆਵਾਂਗੇ ਜੀ ਔਰ ਜੇਕਰ ਸਰਕਾਰ ਇਸ ਤੇ ਫਿਰ ਵੀ ਕੋਈ ਸਾਡਾ ਨਹੀਂ ਸਹਿਯੋਗ ਦਿੰਦੀ ਤਾਂ ਜਿਹੜਾ ਸਾਡਾ ਸੂਬਾ ਕਮੇਟੀ ਦਾ ਫੈਸਲਾ ਉਹ ਅਸੀਂ ਉੱਥੇ ਹੀ ਜਾ ਕੇ ਧਰਨਾ ਦੇਵਾਂਗੇ ਜਿਹੜਾ ਸਾਡਾ ਫੈਸਲਾ ਮੰਗ ਪੱਤਰ ਆ ਜਿਹੜਾ ਜੀ ਇਸ ਵਕਤ ਕਿਹੜੇ ਅਧਿਕਾਰੀ ਨੂੰ ਦਿੱਤਾ ਜਾਵੇ ਮੰਗ ਪੱਤਰ ਪ੍ਰਸ਼ਾਸਨ ਸਾਨੂੰ ਦੱਸੂਗਾ ਹੁਣ ਸਾਨੂੰ ਰਿਸੀਵ ਕਰਨ ਵਾਸਤੇ ਆਏ ਆ ਅੱਗੇ ਅੱਗੇ ਜਿਸ ਤਰ੍ਹਾਂ ਦਾ ਰੂਟ ਹੈਗਾ ਸਾਨੂੰ ਇਹ ਲੈ ਕੇ ਜਾਣਗੇ ਤੇ ਅੱਗੇ ਜਾ ਕੇ ਇਹਦਾ ਜਿਹੜਾ ਹੈਗਾ ਵੀ ਜੇ ਕੋਈ ਅਧਿਕਾਰੀ ਆਉਂਦਾ ਤਾਂ ਅਧਿਕਾਰੀ ਦੇ ਨਾਲ ਅਸੀਂ ਗੱਲ ਕਰਾਂਗੇ ਤੇ ਨਹੀਂ ਜਿਸ ਤਰ੍ਹਾਂ ਦਾ ਵੀ ਅਗਲਾ ਸਾਡਾ ਸੂਬਾ ਕਮੇਟੀ ਦਾ ਫੈਸਲਾ ਹੋਊਗਾ ਸਟੇਜ ਤੋਂ ਦੇਖਿਆ ਕਿ ਜਿਹੜਾ ਹੈਗਾ ਮੋਤੀ ਮਹਿਲ ਨੂੰ ਘੇਰਦੀਆਂ ਜਿਹੜੀਆਂ ਗੱਲ ਕੀਤੀ ਗਈ ਸੀਗੀ ਔਰ ਮੂਰੇ ਬੈਰੀਕੇਡਿੰਗ ਵੀ ਕੀਤੀ ਗਈ ਆ ਕੀ ਕਹਿਣਾ ਚਾਹੋਗੇ ਹਾਂਜੀ ਹਾਂਜੀ ਬੈਰੀਕੇਡਿੰਗ ਆ ਜਿਹੜੀ ਬੈਰੀਕੇਡਿੰਗ ਕੀ ਹੁੰਦਾ ਕੋਈ ਗੱਲ ਨਹੀਂ ਬੈਰੀਕੇਡਿੰਗ ਆ ਜਿਹੜੀ ਉਹਨੂੰ ਤੋੜਾਂਗੇ ਜੀ ਜੇ ਸਰਕਾਰ ਨਹੀਂ ਇਸ ਗੱਲ ਤਰੂਗੀ ਤਾਂ ਤੋੜਾਂਗੇ ਕੋਈ ਗੱਲ ਨਹੀਂ ਬੈਰੀਕੇਡਿੰਗ ਤਾਂ ਫਿਰ ਕਿੱਡੀ ਗੱਲ ਹੈ ਅਗਰ ਨੰਬਰਦਾਰਾਂ ਦਾ ਜਾਂ ਕਿਸੇ ਮੈਂਬਰ ਦਾ ਨੁਕਸਾਨ ਹੁੰਦਾ ਜ਼ਿੰਮੇਵਾਰ ਕੌਣ ਹੋਵੇ ਜ਼ਿੰਮੇਵਾਰ ਸਰਕਾਰ ਹੋਊਗੀ ਜੀ ਸਰਕਾਰ ਆ ਜਿਹੜੀ ਮੰਗਾਂ ਨਹੀਂ ਮੰਨ ਰਹੀ ਸਰਕਾਰ ਆ ਜ਼ਿੰਮੇਵਾਰ ਇਸ ਗੱਲ ਦੀ ਜੀ ਤਾਂ ਇਹ ਸਨ ਜਗਜੀਤ ਖਾਈ ਜੀ ਔਰ ਇਹਨਾਂ ਦਾ ਕਹਿਣਾ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਅਗਰ ਸਾਨੂੰ ਬੈਰੀਕੇਡਿੰਗ ਵੀ ਤੋੜਨਾ ਪਿਆ ਤਾਂ ਅਸੀਂ ਤੋੜਾਂਗੇ ਔਰ ਅਗਲਾ ਅਪਡੇਟ ਜਲਦੀ ਹੀ ਤੁਹਾਨੂੰ ਬੈਰੀਕੇਡਿੰਗ ਦੇ ਕੋਲੇ ਜਾ ਕੇ ਦੇਵਾਂਗੇ ਦੇਖਦੇ ਰਹੋ ਜੀਵੀਐਸ ਟਾਈਮਜ਼ ਔਰ ਪ੍ਰਾਈਮ ਪੰਜਾਬ ਟੀਵੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਬੈਨਰ ਨੇ ਨੰਬਰਦਾਰ ਏਕਤਾ ਜਿੰਦਾਬਾਦ ਦੇ ਨਾਰੇ ਲੱਗੇ ਹੋਏ ਨੇ ਔਰ ਜਿਹੜੇ ਇਕੱਠ ਆ ਜਿਹੜਾ ਇਸ ਵਕਤ ਮੋਤੀ ਬਾਗ ਨੂੰ ਜਿਹੜਾ ਹੈਗਾ ਘਰਾਓ ਕਰਨ ਦੇ ਲਈ ਮੋਤੀ ਮਹਿਲ ਨੂੰ ਜਿਹੜਾ ਘਰਾਓ ਕਰਨ ਦੇ ਲਈ ਜਾ ਰਿਹਾ ਤਾਂ ਅਸੀਂ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪੰਜਾਬ ਸਰਕਾਰ ਮਰਦਾਬਾਦ ਦੇ ਨਾਰੇ ਲਾਏ ਜਾ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਮੇਨ ਚੌਂਕ ਤੋਂ ਜਿਹੜਾ ਹੈਗਾ ਲੈਫਟ ਸਾਈਡ ਮੋਤੀ ਮਹਿਲ ਵੱਲ ਨੂੰ ਜਿਹੜਾ ਹੈਗਾ ਕ੍ਰੋਸ ਕੀਤਾ ਜਾਣਾ ਔਰ ਇੱਕ ਵਾਰੀ ਫਿਰ ਅਸੀਂ ਜ਼ਿਲ੍ਹਾ ਪ੍ਰਧਾਨ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਖਾਈ ਸਾਹਿਬ ਦੇ ਨਾਲ ਸਰ ਇੰਨੀ ਦੇਰੀ ਕਿਉਂ ਲੱਗ ਰਹੀ ਹੈ ਦੇਰੀ ਇਕੱਠ ਹੀ ਇੰਨਾ ਜ਼ਿਆਦਾ ਹੋ ਗਿਆ ਨੰਬਰਦਾਰਾਂ ਦੇ ਉਤਸ਼ਾਹ ਹੀ ਇੰਨਾ ਜ਼ਿਆਦਾ ਹੈ ਵੀ ਬਹੁਤ ਜ਼ਿਆਦਾ ਜਿਹੜਾ ਪੰਜਾਬ ਦੇ ਕੋਨੇ ਕੋਨੇ ਤੋਂ ਨੰਬਰਦਾਰ ਇੱਥੇ ਪਹੁੰਚੇ ਅੱਜ ਨੰਬਰਦਾਰਾਂ ਦੇ ਵਿੱਚ ਉਤਸ਼ਾਹ ਹੈ ਅਤੇ ਨੰਬਰਦਾਰ ਅੱਜ ਕੈਪਟਨ ਸਰਕਾਰ ਨੂੰ ਦੱਸ ਦੇਣਗੇ ਵੀ ਜੇ ਵਾਅਦਾ ਕੀਤਾ ਤਾਂ ਉਹ ਵਾਅਦਾ ਜਿਹੜਾ ਪਗਾਉਣਾ ਚਾਹੀਦਾ ਜਿਹੜੀਆਂ ਸਾਡੀਆਂ ਮੰਗਾਂ ਸਾਰੀਆਂ ਉਹ ਅਸੀਂ ਕੈਪਟਨ ਸਾਹਿਬ ਨੂੰ ਅਪੀਲ ਕਰਾਂਗੇ ਉਹ ਮੰਗਾਂ ਪ੍ਰਵਾਨ ਕਰ ਲਓ
अगर नहीं करोगे तो देख लो तुहाडा जिहड़ा ये नंबरदारां दा एड्डा वड्डा कट्ठ है जिहड़ा वो कट्ठ तुहानूं जिहड़ा हैगा ये सोचण लई मजबूर कर देवेगा। काफले की गिणती किन्नी का सर? काफले की गिणती तो वो तो बाहर है जी, पूरे पंजाब दे विचों नंबरदार 10,000 तो वध गिणती जिहड़े नंबरदारां दी असीं गिणी आ, इस तों वी वध हो सकदी है। तो वड्डी गिणती दे विच जिहड़े नंबरदार हैगे वो इस रोस मार्च दे विच शामिल हो चुके हैं। और साडे नाल होर भी मैंबर मौजूद ने, असीं गल करन दी कोशिश करांगे। साडी घट्टो घट 10-12 लाख वोट बणदी है जिले पटियाले दी, तो पूरे पंजाब की करोड़ तो उपर बनूगी जी। तो जे सरकार साडीआं मंगां नहीं मनूगी तो असीं आने वाले टाइम के सरकार नूं हटा के हटांगे जी। और की कहना चाहते सर? असं कहना चाहते सरकार को मैनीफेस्टो लिखना चाहिए सगा भी असं वादे किए थे, वादे करके मुक रहे हैं, ये वादे करके मुकन वाली सरकार आ, ये हुण दादागिरी नहीं चलेगी। क्योंकि ज़्यादा मैनीफेस्टो लिखा ना करो, जो लिखते तो वादे पूरे करा करो। अज बेर लोग किसान सड़कों पर आ, नंबरदार सड़कों पर आ, मुलाजम सड़कों पर आ, इन्हें किया की है साढ़े चार? अब कोई तो यदा प्रधानगी पिछले भजे फिर जाती हैं, कोई तो किसी ने सवार हरेक बंद सड़क से लैके आता, कोई बंद देखो दुकानदार देख लो, मुलाजम देख लो, किसान देख लो, जो ही मर्जी देख लो, चार फिर हाहाकार मची पी है। यहोजी नकम्मी सरकार चलते कर जे साढ़े नंबरदार चुनी दें, इन्ह जायज मंगा ना मनिया तो इन्हों बई तो चलते करा, पिंडा नहीं बढ़ दिता जाएगा इन्होंने। 2022 दोटा आ रही सर, कितना कितने लोग नहीं जिम्मेवार लगते थानू कि हम 4.5 साल हो गए किसी ने कुछ नहीं किया सरकार ने, और जो हम वोटा पैन गई तो की लोग वोटा पागे? वीर जी लोग समझ चुके ने इस गल, सरकार देखो पहला लोग नहीं समझ सके, अज जो दिल्ली धरना लगा है लोगों ने हर घर का लोगों को पता भी कि सरकार ने की किया नहीं किया। क्योंकि कैप्टन सरकार ने कहा भी मैं घर घर नौकरी देव, किसी ने नौकरी मिली, इन्हें उल्टा की किया साढ़े बच्चों का एजुकेशन ही खोली इन्ना, क्योंकि करोना के ना तो महामारी से इन्होंने की लड़ सी इन्होंने स्कूल बंद करने की, इन्हें अपन तनखाह वधाड़िया 2016 तनखाह वधाड़िया, इन्हें किया की दसो? इन्हें लोगों ने बड़ा काम का बेड़ा बर्क करता है ये सरकार बई 40 करें, जे तर साड़िया ना मंगा ना मनिया अभी 22-40 कर, पिंडा ही नहीं बढ़ते कराओ किता जाए, पिंडा नहीं बढ़ता जाएगा। तो तुम देख सकते हो कि जरा हाँ जी हाँ जी मैंबर जी की कहना जी? अभी जी पटियाले अज नंबरदार यूनियन का बहुत भारी इकट्ठ है साडा, अभी आप दिन मंगा वास्ते आए हैं, तो जे साडिया ना मंगेगा कैप्टन सरकार मंगा तो अभी फिंगर जी होर तिखा करांगे और मोती महल का घराओ करांगे, सारिया मंगा मना के जावे। और अगर बैरीकेडिंग की है कि क्रॉस करोगे? हाँ जी साढ़े आने अगे ना लैनगे साढ़े मोमरेंडर फिर फिर जावे जी, कोई गल नहीं जानू फानू कोई डर नहीं। तो उन्होंने कहा कि जो मोमरेंडम दिता जाना है इस तो बाद बैरीकेडिंग सामने की हुई है, लाइव तस्वीरों के बड़ी जल्दी तुम्हें दिखावे। और उन्होंने कहना है कि जिस तरह पंजाब सरकार जो वे वे वादे करती है और किसी भी वादे तो खरे नहीं उतरती, और इस बार जो वोटा पैनिया उन्होंने जोड़े सार बहुत गलत होणगे। तुसीं लाइव तस्वीरां दे विच देख सकते हो कि पिछे बैरीकेडिंग की गई और पुलिस फोर्स है जिहड़ी भारी गिणती दे विच तैनात आ, और देखना यह होगा कि बैरीकेडिंग क्रॉस की जाती है जां कोई अफसर आ के उन्हां दा मेमोरेंडम जिहड़ा लिया जाएगा, देखना यह होगा। जल्दी अपडेट देवांगे तुहानूं, देखते रहो JBS टाइम्स। तस्वीरां दे विच देख सकते हो कि नंबरदार एकता जिंदाबाद जिहड़े नारे लग रहे हैं, और सामने तुसी बड़ी तेजी दे नाल देख सकते हो कि किन्नी स्पीड दे नाल आ रहे हैं, और बैक साइड तुसी देख सकते हो पुलिस फोर्स भी लगी हुई है, और जिहड़ा हैगा वाटर कैनन का इंतजाम किया गया, और शांतमय ढंग नाल पुलिस वल्लों जिहड़ी हैगी ਸੁਰੇਸ਼ ਕੁਮਾਰ ਜੀ ਦਾ ਪਾ ਕੇ ਦੇਵਾਂਗੇ, ਠੀਕ ਹੈ, ਮਹਾਂਯੋਗ ਮੰਤਰੀ ਸਾਹਿਬ ਦਾ ਲਿਖ ਕੇ ਦੇਵਾਂਗੇ।
देखो जी मंग पत्र दे दिता नहीं दिता हजे मंग पत्र असी इन्हों कोई देना भी नहीं सरकार को मंग पत्र है जिहड़े वो नायब तहसीलदार तो लैके डिप्टी कमिश्नर ताई पहला सारे मंग पत्र इन्हों जा चुके आ अज का जिहड़ा ये साडा प्रोटेस्ट है अज का जिहड़ा साडा ये धरना सी रैली सी ये तो यह सरकार को जगाउण वास्ते सी दसण वास्ते सी जिहड़ी बड़ी ही सफल हुई है हुण जिहड़ा बार बार साडे नाल राबता कायम किया जा रहा भी तुसीं दसो असी उन्हां नूं यही गल कही है भी जिन्ना चिर साडी संतुष्टि नहीं हुंदी गी थोड़ी चिट्ठी एक चिट्ठी आई सी भी तुहाडी असी कुछ मंत्री दे नाल जां होर मीटिंग करा दिंदे आ पर उहनूं असी रद्द कर दित्ता साडी कमेटी वल्लों उहनूं रद्द कर दित्ता गया हुण दुबारे जिहड़ी प्रशासन आ उह मीटिंग करके सानूं दसूगा भी जिहड़ा अगला फैसला होऊगा कि उह साडी किहदे नाल मीटिंग कराउंदे आ साडी मेन गल इही आ भी मुख्यमंत्री कैप्टन अमरिंदर सिंह दे नाल असीं मीटिंग करांगे अदरवाइज़ मुख्यमंत्री साहब टाइम नहीं हैगा उन्हां कोले तां उन्हां दा जिहड़ा उच्च अधिकारी है उन्हां दा जिहड़ा टीम है बकायदा पैनल बने और साडा नंबरदार एसोसीएशन दा पैनल बनूगा फिर उहदे ते बैठ के जिहड़ी मीटिंग होगी उन्हां चिर इह संघर्ष है जिहड़ा बड़ा शांतमई संघर्ष है चल रहा तो वेखदे आ प्रशासन हाले की करदा जे कोई जवाब देऊ तां ठीक है तो नहीं तो फिर असीं जिहड़ा अपना प्रशासन दे नाल जिहड़ा राबता है वो चल भी रहा पर अगे असीं इसे तरह जिहड़ा आपदा जिहड़ा प्रोटेस्ट है ये जारी रखांगे। वो इस तरह जो उन्होंने बाकी कंप्यूटर राही लैटर बनाई आ तो जिन्हां नाल मीटिंग होनी सी सुरेश कुमार जी तो OSD मंत्री साहब वो उन्होंने पेन नाले अधूरा लिख के ले आंदा हो सकता सानू लॉलीपॉप दिंदे होणगे उही असी दुबारा कहा भी उन्हों जिन्हां नाल पैनल नाल मीटिंग होनी आ शोर उन्हां दे नौ जिहड़े हैगे आ उह विच पा के लेके आओ तां असी तुहाडी गल मन्नांगे तां असी चंडीगढ़ जावांगे। देखो जी स्टैप तो आही हुंदा असी साडी मंग आही आ भी CM हाउस CM साहब नाल मीटिंग होवे क्योंकि पावर CM साहब को ने असी कई बार पहला माल मंत्री नूं मिल चुके हाँ जे तो 9 तरीक नूं साडा हल करनगे मंगा मन्नणगे ठीक आ नहीं असी सूबा कमेटी नाल मीटिंग करके भुख हड़ताल भी रख सकते हाँ अते आने वाले समय च जिहड़े कांग्रसी उम्मीदवार होणगे पिंडां विचों वड़न तों भी मनाही कर सकते हाँ। ਬਾਹਰ ਕਰ ਲਿਓ ਯਾਰ ਕੋਈ ਨਹੀਂ।
देखो जी, सब तो पहले तो मैं समुचे पंजाब के नंबरदार भरावां का धन्नवाद करदा जिन्होंने अज्ज वड्डी गिणती दे विच पहुँच के अपने हक्कां की जिहड़ी लड़ाई लड़न लई मोती महल का घराओ कर लई असीं इस ते पहुँचे सी। साडी तकरीबन 5-6 बार सवेर तो लैके जिहड़ी प्रशासन नाल मीटिंग हुई आ, हुण सानूं एस डी एम साहब जिहड़ा इक पंजाब के मुख्यमंत्री जी दे सी पी एस सुरेश कुमार जी के नाम का एक जिहड़ा लैटर दे गए ने। साडी उन्हां नाल 12 तरीक नूं चंडीगढ़ के 12 बजे जिहड़ी मीटिंग आ, जे उस दिन साडियां जिहड़ियां समस्या दा हल कर दिंदे तां ठीक आ, नहीं उस तों बाद दे विच असीं फिर सारे पंजाब के जिहड़े नंबरदार साडी कमेटी बैठ के फैसला करूगी तां इस संघर्ष नूं अगे तक लैके जाया जाऊगा। तो तुम देख सकते हो कि सवेर तो लैके जिहड़ा शाम के 6:45 हो चुके ने और जिहड़े मैंबर जिहड़े अगे साडे नाल ने गलबात करांगे और नंबरदार एसोसीएशन के मैंबर ने और जगजीत खाई जी भी साढ़े नाल ने। सर की लगता है जिहड़ा है सरकार ने हुण तुहानूं 12 जिहड़ी तरीक दित्ती आ, ਇਹ ਨਹੀਂ ਲੱਗਦਾ ਕਿ ਪਹਿਲਾਂ ਦੀ ਤਰ੍ਹਾਂ ਲੋਲੀਪੌਪ ਹੀ ਆ? ਨਹੀਂ ਨਹੀਂ ਬਿਲਕੁਲ ਨਹੀਂ, ਇਹ ਸਰਕਾਰਾਂ ਦੇ ਜਿਹੜੇ ਹੈਗੇ ਆ ਦਬਾਅ ਦੇ ਵਿੱਚ ਸਰਕਾਰ ਨੇ ਇਹ ਜਿਹੜਾ ਪ੍ਰਸ਼ਾਸਨ ਨੇ ਫੈਸਲਾ ਲਿਆ, ਨੰਬਰਦਾਰਾਂ ਦਾ ਬਹੁਤ ਵੱਡਾ ਕੱਟ ਸੀ, ਇਹਦੇ 'ਚ ਕੋਈ ਜਿਹੜਾ ਦੋ ਰਾਵਾਂ ਨਹੀਂ। ਜਦੋਂ ਇੱਕ ਚਿੱਠੀ, ਸਰਕਾਰੀ ਚਿੱਠੀ ਜਾਰੀ ਹੁੰਦੀ ਆ ਜਿਹਦੇ ਵਿੱਚ ਚੀਫ ਸੈਕਟਰੀ ਵੱਲੋਂ ਇਹ ਮੀਟਿੰਗ ਲਈ ਜਾਣੀ ਹੈ ਅਤੇ ਸਰਕਾਰ ਵੱਲੋਂ ਮੀਟਿੰਗ ਲਈ ਜਾਣੀ ਆ, ਅਤੇ ਇਹਦੇ ਵਿੱਚ ਫੈਸਲਾ ਕੀ ਹੁੰਦਾ ਉਹ ਬਾਅਦ ਦੀ ਗੱਲ ਆ। ਜੇ ਫੈਸਲਾ ਨਹੀਂ ਹੋਊਗਾ ਤਾਂ ਅਸੀਂ ਫਿਰ ਤਿਆਰ ਹਾਂ ਇਹਦੇ ਵਾਸਤੇ, ਪ੍ਰਦਰਸ਼ਨ ਵਾਸਤੇ। ਅੱਜ ਨੰਬਰਦਾਰਾਂ ਦਾ ਬਹੁਤ ਵੱਡਾ ਕੱਟ ਸੀਗਾ ਅਤੇ ਅਸੀਂ ਜਿਹੜਾ ਇਹ ਸੁਨੇਹਾ ਅੱਜ ਦਾ ਦਿੱਤਾ ਸਿਰਫ ਇਹੀ ਦਿੱਤਾ ਵੀ 12 ਤਰੀਕ ਤੱਕ ਜਿਹੜਾ ਹੈਗਾ, 12 ਤਰੀਕ ਨੂੰ ਆਖਰੀ ਜਿਹੜਾ ਹੈਗਾ ਸਾਡੇ ਉਹਦੇ ਮੀਟਿੰਗ ਹੋਊਗੀ ਸਰਕਾਰ ਦੇ ਨਾਲ, ਅਤੇ ਉਹਦੇ ਵਿੱਚ ਫੈਸਲਾ ਕੀ ਕਰਦੀ ਹੈ ਸਰਕਾਰ ਵੇਖਦੇ ਹਾਂ, ਅਤੇ ਨਹੀਂ ਤਾਂ ਅਗਲਾ ਜਿਹੜਾ ਸੰਘਰਸ਼ ਹੈ ਫਿਰ ਚੱਲੂ। ਔਰ ਸਵੇਰ ਦੇ ਬੈਠੇ ਹੋਏ ਨੇ ਔਰ ਮੰਗ ਪੱਤਰ ਹੀ ਇੱਕ ਦੇਣਾ ਸੀ ਔਰ ਨਾਮ ਨੂੰ ਲੈ ਕੇ ਕਾਫੀ ਵਾਰ ਜਿਹੜੀ ਮੀਟਿੰਗ ਕੀਤੀ ਗਈ, ਕੀ ਕਾਰਨ ਦੇ? ਦੇਖੋ ਉਹਦੇ ਵਿੱਚ ਇਹ ਸੀਗਾ ਵੀ ਸਾਡੀ ਸੰਤੁਸ਼ਟੀ ਨਹੀਂ ਸੀ, ਉਹ ਜਿਹੜੇ ਹੈਗਾ ਕੁਛ ਜਿਵੇਂ ਮਾਲ ਮੰਤਰੀ ਦੇ ਨਾਲ ਕਹਿ ਰਹੇ ਸੀ ਵੀ ਮਾਲ ਮੰਤਰੀ ਦੇ ਨਾਲ ਜਿਹੜਾ ਸੀਗਾ ਵੀ ਤੁਹਾਡੀ ਅਸੀਂ ਮੀਟਿੰਗ ਕਰਵਾ ਦਿੰਦੇ ਹਾਂ, ਪਰ ਮਾਲ ਮੰਤਰੀ ਦੇ ਨਾਲ ਸਾਡੀਆਂ ਜਿਹੜੀਆਂ ਪਹਿਲਾਂ ਮੀਟਿੰਗਾਂ ਹੋ ਚੁੱਕੀਆਂ, ਫਿਰ ਉਹ ਕਹਿੰਦੇ ਸੀਗੇ ਵੀ ਅਸੀਂ ਤੁਹਾਡਾ ਜਿਹੜਾ ਹੈਗਾ ਮੰਗ ਪੱਤਰ ਇੱਥੇ ਐਸ ਡੀ ਐਮ ਪੱਧਰ 'ਤੇ ਜਿਹੜਾ ਲੋਕਲ ਅਫਸਰ ਲੈ ਲੈਂਦਾ, ਪਰ ਉਹਦੇ ਵਿੱਚ ਵੀ ਅਸੀਂ ਜਿਹੜਾ ਸੀਗਾ ਇਹਨਾਂ ਨੂੰ ਕਿਹਾ ਵੀ ਇਹ ਮੰਗ ਪੱਤਰ ਅਸੀਂ ਪਹਿਲਾਂ ਬਥੇਰੇ ਦੇ ਚੁੱਕੇ ਹਾਂ ਅਤੇ ਸਾਡੀ ਜੇ ਮੀਟਿੰਗ ਹੋ ਸਕਦੀ ਹੈ ਤਾਂ ਮੁੱਖ ਮੰਤਰੀ ਸਾਹਿਬ ਦੇ ਨਾਲ ਹੀ ਹੋਵੇ, ਜਿਹੜੇ ਮੁੱਖ ਮੰਤਰੀ ਸਾਹਿਬ ਦੀ ਇੱਕ ਕਮੇਟੀ ਆ, ਚੀਫ ਸੈਕਟਰੀ ਆ ਉਹਨਾਂ ਦੇ, ਹੁਣ ਉਹ ਮੰਨਯੋਗ ਐਸ ਡੀ ਐਮ ਸਾਹਿਬ ਨੇ ਸਾਨੂੰ ਜਿਹੜੀ ਰਿਟਰਨ ਦੇ ਵਿੱਚ ਸਰਕਾਰੀ ਚਿੱਠੀ ਲਿਆ ਕੇ ਦਿੱਤੀ ਆ, ਉਹਦੇ ਅਧੀਨ ਨਾਲ ਜਿਹੜੀ ਹੈਗੀ ਆ ਕਿ ਸਾਡੀ ਇਹ ਹੋਊਗੀ ਮੀਟਿੰਗ ਹੋਊਗੀ, ਉਹਦੇ ਵਿੱਚ ਅਸੀਂ ਫੈਸਲਾ ਲਵਾਂਗੇ। ਕੀ ਲੱਗ ਰਿਹਾ ਹੈਗਾ ਜਿਹੜੇ 12 ਤਰੀਕ ਦੀ ਜਿਹੜੀ ਡੇਟ ਦਿੱਤੀ ਗਈ ਆ, ਕੀ ਉਹਦੇ 'ਚ ਜਿਹੜਾ ਹੈਗਾ ਤੁਹਾਡਾ ਜਿਹੜਾ ਸਮੱਸਿਆਵਾਂ ਦਾ ਹੱਲ ਹੋ ਪਾਏਗਾ? ਹਾਂ, ਸਾਨੂੰ ਉਮੀਦ ਆ, ਪੂਰੀ ਉਮੀਦ ਆ ਸਾਨੂੰ ਵੀ ਸਰਕਾਰ ਆ ਜਿਹੜੀ ਨੰਬਰਦਾਰਾਂ ਦਾ ਮਾਣ ਰੱਖੂਗੀ, ਵੀ ਕਿਉਂਕਿ 35,000 ਤੋਂ ਵੱਧ ਜਿਹੜੇ ਨੰਬਰਦਾਰ ਸਾਡੇ ਪੰਜਾਬ ਦੇ ਵਿੱਚ ਨੇ, ਮੂਹਰੇ ਜਿਹੜਾ ਚੋਣ ਵਰ੍ਹਾ ਆ ਰਿਹਾ 2022 ਦੀਆਂ ਚੋਣਾਂ ਆ ਰਹੀਆਂ, ਅਤੇ ਸਰਕਾਰ ਨੂੰ ਪਤਾ ਜੇ ਸਰਕਾਰ ਨਹੀਂ ਕਰੂਗੀ ਤਾਂ ਬਹੁਤ ਵੱਡਾ ਜਿਹੜਾ ਇੱਕ ਵੋਟ ਬੈਂਕ ਹੈ ਉਹ ਸਰਕਾਰ ਦਾ ਜਿਹੜਾ ਗਿਰ ਜਾਊਗਾ। ਪਿਛਲੀ ਵਾਰ ਜਿਹੜਾ ਸੀਗਾ ਨੰਬਰਦਾਰਾਂ ਨੂੰ ਜਦੋਂ ਇਹ ਵਾਅਦਾ ਕੀਤਾ ਸੀਗਾ ਸਰਕਾਰ ਨੇ, ਉਦੋਂ ਬੜਾ ਵੱਡਾ ਸਮਰਥਨ ਨੰਬਰਦਾਰਾਂ ਨੇ ਦਿੱਤਾ ਸੀ, ਪਰ ਇਸ ਵਾਰ ਜਿਹੜਾ ਅਸੀਂ ਇਹ ਫੈਸਲਾ ਕਰ ਚੁੱਕੇ ਹਾਂ ਜੇ ਸਾਡੀਆਂ ਮੰਗਾਂ ਮੰਨੀਆਂ ਜਾਣਗੀਆਂ ਤਾਂ ਠੀਕ ਹੈ, ਅਤੇ ਨਹੀਂ ਤਾਂ ਫਿਰ ਜਿਹੜਾ ਹੈਗਾ ਇਹ ਸੰਘਰਸ਼ ਹੈ ਉਹ ਚੋਣਾਂ ਤੱਕ ਇਸੇ ਤਰ੍ਹਾਂ ਹੀ ਚੱਲੂਗਾ। ਤਾਂ ਇਹ ਸਨ ਜਗਜੀਤ ਖਾਈ ਜੀ, ਜਿਨ੍ਹਾਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ 12 ਤਰੀਕ ਨੂੰ ਵੀ ਇਸ ਤਰ੍ਹਾਂ ਹੀ ਲਾਰੇ ਲਾਊਗੀ ਤਾਂ ਜਿਹੜਾ ਸੰਘਰਸ਼ ਆ ਹੋਰ ਤਿੱਖਾ ਕੀਤਾ ਜਾਊਗਾ। ਫਿਲਹਾਲ ਪਟਿਆਲਾ ਤੋਂ ਕੈਮਰਾਮੈਨ ਗਗਨ ਦੇ ਨਾਲ ਜਗਵੀਰ ਅਜਾ।